ਬੀਤੇ ਦਿਨ ਮੁਹੱਲਾ ਗੀਤਾ ਨਗਰ ਵਿੱਚ ਇੱਕ ਘਰ ਤੇ ਕੁਝ ਲੋਕਾਂ ਵੱਲੋਂ ਇੱਟਾਂ ਦੇ ਰੋੜਿਆਂ ਨਾਲ ਹਮਲਾ ਕਰ ਦਿੱਤਾ, ਜਿਸ ਬਾਰੇ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਵੱਲੋਂ ਦੱਸਿਆ ਗਿਆ ਕਿ ਉਹਨਾਂ ਦਾ ਇੱਕ ਸਾਹਿਲ ਨਾਮ ਦਾ ਲੜਕਾ ਹੈ, ਜਿਸ ਦੀ ਕਿਸੇ ਲੜਕੀ ਨਾਲ ਜਾਣ ਪਛਾਣ ਸੀ, ਜਿਸ ਦੇ ਕਾਰਨ ਉਹਨਾਂ ਵੱਲੋਂ ਆਪਣੇ ਲੜਕੇ ਨੂੰ ਬੇਦਖਲ ਕਰਦੇ ਹੋਏ ਘਰੋਂ ਬਾਹਰ ਕਰ ਦਿੱਤਾ ਸੀ। ਉਸ ਸਮੇਂ ਤੋਂ ਹੀ ਉਹਨਾਂ ਦਾ ਲੜਕਾ ਉਸ ਲੜਕੀ ਨਾਲ ਰਹਿ ਰਿਹਾ ਸੀ। ਕੱਲ੍ਹ ਅਚਾਨਕ ਉਸ ਲੜਕੀ ਵੱਲੋਂ ਉਹਨਾਂ ਦੇ ਘਰ ਆ ਕੇ ਹੰਗਾਮਾ ਕਰਦੇ ਹੋਏ ਉਹਨਾਂ ਦੇ ਲੜਕੇ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ, ਤਾਂ ਜਦੋਂ ਉਹਨਾਂ ਵੱਲੋਂ ਆਪਣੇ ਲੜਕੇ ਦੇ ਉਸ ਲੜਕੀ ਕੋਲ ਹੀ ਹੋਣ ਦੀ ਗੱਲ ਕਹੀ ਤਾਂ ਉਹ ਭੜਕ ਗਈ ਅਤੇ ਉਹਨਾਂ ਦੇ ਘਰ ਤੇ ਇੱਟਾਂ ਰੋੜਿਆਂ ਨਾਲ ਹਮਲਾ ਕਰਦੇ ਹੋਏ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਕਿ ਉਹਨਾਂ ਵੱਲੋਂ ਆਪਣੇ ਲੜਕੇ ਨੂੰ ਘਰ ਦੇ ਅੰਦਰ ਲੁਕੋ ਕੇ ਰੱਖਿਆ ਹੋਇਆ ਹੈ। ਉਸ ਲੜਕੀ ਵੱਲੋਂ ਸਾਹਿਲ ਨੂੰ ਲੱਭਣ ਦੇ ਬਹਾਨੇ ਉਹਨਾਂ ਦੇ ਘਰ ਰਹਿੰਦੇ ਕਿਰਾਏਦਾਰਾਂ ਦੇ ਕਮਰਿਆਂ ਤੇ ਤਾਲੇ ਤੱਕ ਤੋੜ ਦਿੱਤੇ। ਜਦੋਂ ਉਹਨਾਂ ਦਾ ਲੜਕਾ ਨਾ ਮਿਲਿਆ ਤਾਂ ਉਹ ਲੋਕ ਉਹਨਾਂ ਨੂੰ ਦੁਬਾਰਾ ਆਉਣ ਦੀ ਧਮਕੀਆਂ ਦਿੰਦੇ ਫਰਾਰ ਹੋ ਗਏ। ਅੱਜ ਉਹਨਾਂ ਵੱਲੋਂ ਥਾਣਾ ਟਿੱਬਾ ਦੀ ਪੁਲਿਸ ਨੂੰ ਆਪਣੇ ਘਰ ਤੇ ਹੋਏ ਹਮਲੇ ਦੀ ਸੂਚਨਾ ਦੇਣ ਤੋਂ ਬਾਅਦ ਮੰਗ ਕੀਤੀ ਕਿ ਉਹਨਾਂ ਦੇ ਘਰ ਤੇ ਹਮਲਾ ਕਰਨ ਦੇ ਚੱਲਦੇ ਹਮਲਾਵਰ ਲੋਕ ਖਿਲਾਫ ਕਾਰਵਾਈ ਕੀਤੀ ਜਾਵੇ। ਉਹਨਾਂ ਨੂੰ ਸ਼ੱਕ ਹੈ ਕਿ ਉਕਤ ਲੋਕਾਂ ਵੱਲੋਂ ਹੀ ਉਹਨਾਂ ਦੇ ਲੜਕੇ ਨੂੰ ਕਿਤੇ ਗਾਇਬ ਕੀਤਾ ਹੋਇਆ ਹੈ। ਦੂਸਰੇ ਪਾਸੇ ਜਦੋਂ ਉਸ ਲੜਕੀ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਮੰਨਿਆ ਕਿ ਉਸਦੇ ਉਹਨਾਂ ਦੇ ਲੜਕੇ ਨਾਲ ਸੰਬੰਧ ਸਨ। ਉਹਨਾਂ ਦੀ ਮੁਲਾਕਾਤ ਇੱਕ ਪਾਰਕ ਵਿੱਚ ਹੋਈ ਸੀ। ਹੁਣ ਉਹਨਾਂ ਦਾ ਲੜਕਾ ਕੁਝ ਦਿਨ ਤੋਂ ਉਸ ਕੋਲ ਨਹੀਂ ਆ ਰਿਹਾ, ਜਿਸ ਦੀ ਤਲਾਸ਼ ਵਾਸਤੇ ਉਹ ਲੜਕੇ ਦੇ ਘਰ ਗਈ ਸੀ। ਗੁੱਸੇ ਵਿੱਚ ਆ ਕੇ ਹੀ ਉਸਨੇ ਲੜਕੇ ਦੇ ਮਾਪਿਆਂ ਦੇ ਘਰ ਤੇ ਇੱਟਾਂ ਮਾਰੀਆਂ ਸਨ। ਉਹ ਉਸ ਲੜਕੇ ਨਾਲ ਨਹੀਂ ਰਹਿਣਾ ਚਾਹੁੰਦੀ। ਲੁਧਿਆਣਾ ਤੋਂ ਸੁਨੀਲ ਖੰਨਾ ਦੀ ਰਿਪੋਰਟ, ਲੁਧਿਆਣਾ ਐਕਸਪ੍ਰੈਸ ਟੀਵੀ। ਮੇਰਾ ਨਾਮ ਬਿੱਲੋ ਹੈ। ਕੱਲ੍ਹ ਮੈਂ ਉਹਨਾਂ ਦੇ ਘਰ ਗਈ ਜ਼ਰੂਰ ਸੀ, ਸਾਹਿਲ ਦੇ। ਮੇਰੇ ਨਾਲ ਸਾਲ ਭਰ ਰਿਹਾ ਉਹ, ਸਾਡੇ ਨਾਲ ਵਧੀਆ ਚੱਲਦਾ ਸੀ। ਮੈਨੂੰ ਪਾਰਕ 'ਚ ਮਿਲਿਆ ਸੀਗਾ ਉਹ, ਸਾਲ ਰਿਹਾ ਮੈਂ ਆਪਣੇ ਘਰਦਿਆਂ ਦੇ ਵਰਖਿਲਾਫ ਹੋ ਕੇ ਉਹਦੇ ਨਾਲ ਰਹੀ ਸੀਗੀ, ਠੀਕ ਹੈ। ਹੁਣ ਉਹ ਮੈਨੂੰ ਕਹਿੰਦਾ ਕਿ ਮੈਂ ਤੇਰੇ ਨਾਲ ਰਹਿਣਾ ਨਹੀਂ। ਪਹਿਲੇ ਉਹ ਵਿਆਹਿਆ ਵੀ ਸੀਗਾ, ਸਾਰਾ ਕੁਛ ਮੈਨੂੰ ਬਾਅਦ 'ਚੋਂ ਪਤਾ ਚੱਲਿਆ। ਉਹਦੀ ਇੱਕ ਬੇਟੀ ਵੀ ਹੈਗੀ ਹੈ ਸਾਲ ਦੀ, ਠੀਕ ਹੈ। ਮੈਂ ਇਹ ਚਾਹੁੰਦੀ ਹਾਂ ਕਿ ਉਹ ਮੈਨੂੰ ਧਮਕੀਆਂ ਨਾ ਦੇਵੇ, ਕੁਛ ਨਾ ਦੇਵੇ। ਮੈਂ ਉਹਦੇ ਤੋਂ ਕੁਛ ਨਹੀਂ ਚਾਹੁੰਦੀ ਉਹਦੇ ਨਾਲ। ਉਹਨਾਂ ਦੇ ਘਰ ਨਾ ਅਸੀਂ ਇੱਟਾਂ ਮਾਰੀਆਂ, ਕੁਛ ਨਹੀਂ ਕੀਤਾ। ਮੈਂ ਇਕੱਲੀ ਗਈ ਸੀ ਨਾਲੇ, ਕੋਈ ਵੀ ਨਹੀਂ ਨਾਲ ਘਰ ਗਿਆ ਸੀ ਮੇਰੇ। ਮੈਂ ਇਕੱਲੀ ਗਈ ਸੀ ਉਹਨਾਂ ਦੇ ਘਰ। ਹੋਰ ਮੈਂ ਇੱਟ ਜ਼ਰੂਰ ਮਾਰੀ, ਪਰ ਉਹਨਾਂ ਦੇ ਗੇਟ 'ਤੇ ਮਾਰੀ ਸਭ ਤੋਂ ਨੀਚੇ, ਔਰ ਕਿਸੇ 'ਤੇ ਲੱਗੀ ਵੀ ਨਹੀਂ, ਕੰਧ 'ਤੇ ਲੱਗੀ ਸੀਗੀ ਉਹ ਇੱਟ। ਉੱਪਰ ਅਸੀਂ ਇੱਟਾਂ ਨਹੀਂ ਮਾਰੀਆਂ, ਸਾਰਾ ਕੁਛ ਝੂਠ ਬੋਲ ਰਿਹਾ ਜੋ ਕੁਛ ਵੀ ਕਹਿ ਰਿਹਾ। ਮੈਂ ਇੰਨਾ ਚਾਹੁੰਦੀ ਹਾਂ ਕਿ ਉਹ ਬਸ ਮੈਨੂੰ ਪਰੇਸ਼ਾਨ ਨਾ ਕਰੇ। ਇਹ ਜੇ ਕੁੜੀ ਹੈ ਜੀ, ਉਹਦੇ ਵੱਲੋਂ ਚੱਲੇ ਹੈ। ਕੀ ਨਾਮ ਕੀ ਹੈ ਜੀ ਉਹਨਾਂ? ਬਿੱਲੋ ਨਾਮ ਹੈ ਜੀ ਉਹਦਾ। ਕੁੜੀ ਦੇ ਪਰਿਵਾਰ ਵੱਲੋਂ? ਆਪ ਕੁੜੀ ਦੇ ਪਰਿਵਾਰ ਵੱਲੋਂ ਚੱਲੇ ਜੀ। ਅਤੇ ਉਹਨਾਂ ਜਿਹੜੇ ਪਰਿਵਾਰ ਹੈ ਉਹ ਕਿੱਥੇ ਰਹਿੰਦਾ, ਕੀ ਨਾਮ ਉਹਨਾਂ? ਉਹ ਪਨੀਤ ਨਗਰ ਰਹਿੰਦਾ ਜੀ, ਕਿਰਾਏ 'ਤੇ। ਕੀ ਨਾਮ ਹੈ ਜੀ ਉਹਨਾਂ ਦਾ? ਕਿਸ਼ਨਪਾਲ। ਕਿਸ਼ਨਪਾਲ। ਉਹਦੇ ਨਾਲ ਕੌਣ ਕੌਣ, ਕਿੰਨੇ ਕੁ ਬੰਦੇ ਆਏ ਸੀ ਇੱਥੇ? ਤਿੰਨ ਜਨਾਨੀਆਂ ਸੀ, ਬਾਕੀ ਬੰਦੇ ਹੀ ਸੀਗੇ। ਪਛਾਣਦੇ ਹੋ ਜਿਹੜੇ ਜਿਹੜੇ ਆਏ ਸੀ? ਹਾਂ ਪਛਾਣਾਂਗੇ ਜੀ ਅਸੀਂ। ਕੀ ਕੀ ਨਾਮ ਹੈ ਜੀ ਜਿਹਨਾਂ ਜਿਹਨਾਂ ਨੂੰ ਜਾਣਦੇ? ਇੱਕ ਬਿੱਲੋ ਆ ਦੀ ਮਾਂ ਵਾ, ਪਿਓ ਆ ਅਤੇ ਦੋ ਭੈਣਾਂ। ਆਪਣੇ ਹੱਕ ਚ ਰੱਖਿਆ ਕੁੜੀ ਨੂੰ ਫਸਾ ਕੇ, ਕੁੜੀ ਨੂੰ, ਮੁੰਡੇ ਨੂੰ, ਸਾਡੇ ਨੂੰ, ਮੁੰਡੇ ਨੂੰ। ਤੁਹਾਡਾ ਮੁੰਡਾ ਕੀ ਨਾਂ ਉਹਦਾ? ਸਾਹਿਲ। ਤੁਹਾਡਾ ਪੁੱਤਰ? ਹਾਂਜੀ। ਕੀ ਨਾਂ ਉਹਦਾ? ਸਾਹਿਲ। ਪਤਾ ਨੀ ਉਹਨਾਂ ਦੇ ਕੋਲ ਹੀ ਆ ਮੁੰਡਾ। ਤੁਹਾਡੇ ਘਰੋਂ ਕਿੰਨੀ ਦੇਰ ਪਹਿਲਾਂ ਚਲ ਗਿਆ ਸੀ ਮੁੰਡਾ? 2-3 ਸਾਲ ਹੋ ਗਏ ਜੀ ਗਾਇਬ ਹੋਏ ਨੂੰ। ਉਹਦਾ ਕਾਰਨ ਕੀ? ਉਹਦੇ ਨਾਲ ਚੱਕਰ ਸੀ? ਉਹਦੇ ਨਾਲ ਚੱਕਰ ਆ ਜੀ, ਫਿਰਦਾ ਤੁਰਦਾ ਉਹਦੇ ਨਾਲ ਹੀ ਸੀਗਾ। ਉਹਨੂੰ ਕੁੱਟਦੇ ਮਾਰਦੇ ਆ, ਬੰਨ ਕੇ ਬਿਠਾਇਆ ਕਿਸਮ ਦਾ। ਮਤਲਬ ਤੁਹਾਡਾ ਕਹਿਣਾ ਕਿ ਕੁੜੀ ਵਾਲਿਆਂ ਨੇ ਘਰ ਬਿਠਾਇਆ? ਹਾਂਜੀ, ਉਹਨਾਂ ਦੇ ਲੁਕਾ ਕੇ ਰੱਖਿਆ। ਬਿਠਾਇਆ ਫਿਰ ਤੁਹਾਡੇ ਕੋਲ ਲੱਭਣ ਕੀ ਆਈ ਜੀ?
ਉਹ ਕਹਿੰਦੇ ਵੀ ਮੁੰਡਾ ਘਰੇ ਹੈ ਨਹੀਂ ਸਾਡੇ ਕੋਲ, ਵੀ ਤੁਹਾਡੇ ਕੋਲ ਆਇਆ ਵਾ, ਸਾਡੇ ਕੋਲ ਹੈ ਨਹੀਂ। ਹਾਂਜੀ ਅਸੀਂ ਲੁਕਾ ਕੇ, ਅਸੀਂ ਬੇਦਖਲ ਕੀਤਾ, ਸਾਡੇ ਕਹਿਣੇ ਚ ਨਹੀਂ ਸੀਗਾ। ਪੈਸੇ ਚਾਹੁੰਦੇ ਜਾਂ ਫਿਰ ਕਹਿੰਦੇ ਵੀ ਮੁੰਡਾ ਦੋ ਸਾਨੂੰ, ਸਾਡੇ ਕੋਲ ਮੁੰਡਾ ਹੈ ਹੀ ਨਹੀਂ, ਮੁੰਡਾ ਉਹਨਾਂ ਕੋਲ ਹੀ ਹੈ, ਹੁਣ ਸਾਨੂੰ ਦੱਸ। ਹਾਂਜੀ ਪੁਲਿਸ ਨੂੰ ਆਪਾਂ ਸਵੇਰੇ ਰਿਪੋਰਟ ਕਰਕੇ ਆਏ ਹਾਂ। ਅਸੀਂ ਇਹੀ ਮੰਗ ਕਰਦੇ ਜੀ, ਸਾਨੂੰ ਇਨਸਾਫ ਚਾਹੀਦਾ, ਸਾਡੇ ਨਾਲ ਬਹੁਤ ਬੇਨਿਆਈ ਹੋਈ ਆ। ਹਾਂਜੀ ਤੇ ਅਸੀਂ ਵਾਲ ਵਾਲ ਰਾਤੀ ਬੱਚੇ ਬਚਾਏ ਆ, ਇਹਨਾਂ ਨੇ ਇੱਟਾਂ ਪੱਥਰ ਬਹੁਤ ਚਲਾਏ ਆ, 40-50 ਇਹ ਸਾਰੇ ਮੈਂਬਰ ਆਏ ਸੀ, ਵਿੱਚੇ ਜਨਾਨੀਆਂ ਵਿੱਚੇ ਹੀ ਬੰਦੇ। ਹਾਂਜੀ ਖਤਰਾ ਜੀ ਸਾਨੂੰ, ਖਤਰਾ ਜੀ, ਹਾਂਜੀ ਹਾਂਜੀ ਖਤਰਾ ਜੀ ਸਾਨੂੰ। ਮੈਂ ਇਸੇ ਜੀਵਨ ਸਿੰਘ ਥਾਣਾ ਟਿੱਬਾ ਬਤੌਰ ਤਫਤੀਸ਼ੀ ਲੱਗਿਆ ਹੋਇਆ। ਇੱਕ ਗੀਤਾ ਨਗਰ ਤੋਂ ਕੰਪਲੇਂਟ ਸਾਨੂੰ 25 ਤਰੀਕ ਨੂੰ ਮਿਲੀ ਸੀ, ਹਰਪਾਲ ਸਿੰਘ ਨੇ ਲਿਖਾਈ ਹੈ, ਉਹਦੀ ਪੜਤਾਲ ਕਰ ਰਹੇ ਹਾਂ, ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ ਕੀਤੀ ਜਾਊਗੀ।